ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਜਨਤਾ ਕਰਫਿਊ ਦੌਰਾਨ ਸ਼ਾਂਤੀਪੂਰਵਕ ਬੰਦ ਲਈ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ। ਉਹਨਾਂ ਆਖਿਆ ਕਿ ਲੋਕਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਸਹੀ ਢੰਗ ਨਾਲ ਨਿਭਾਇਆ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਐਲਾਨੇ ਗਏ ਲੋਕਡਾਊਨ ਦੌਰਾਨ ਵੀ ਪੂਰਾ ਸਹਿਯੋਗ ਕਰਨ। ਅਗਰ ਜ਼ਰੂਰੀ ਵਸਤੂਆਂ ਦੀ ਖਰੀਦ ਕਰਨੀ ਹੋਵੇ ਤਾਂ ਪਰਿਵਾਰ ਦਾ ਇੱਕ ਮੈਂਬਰ ਹੀ ਖਰੀਦ ਕਰਨ ਲਈ ਜਾਏ। ਮੈਂ ਵੀ ਸਾਰਿਆਂ ਦਾ ਹੀ ਬਹੁਤ ਧੰਨਵਾਦੀ ਹਾਂ ਔਰ ਇਹ ਗੱਲ ਵਾਕਈ ਐਪਰੀਸ਼ੀਏਟ ਕਰਨ ਵਾਲੀ ਹੈ ਕਿ ਸਾਰੇ ਹੀ ਨਗਰ ਵਾਸੀਆਂ ਨੇ ਸਾਰੇ ਇਲਾਕਾ ਵਾਸੀਆਂ ਨੇ ਬਹੁਤ ਅੱਛਾ ਰਿਸਪੋਂਸ ਦਿੱਤਾ, ਪੂਰੀ ਆਪਣੀ ਜ਼ਿੰਮੇਵਾਰੀ ਦਾ ਜਿਹੜਾ ਅਹਿਸਾਸ ਹੈ ਉਹ ਦਿਖਾਇਆ ਔਰ ਅੱਜ ਸਾਨੂੰ ਜੋ ਸੜਕਾਂ ਦੇ ਉੱਤੇ ਖਾਲੀ ਸੜਕਾਂ ਦੇਖਣ ਨੂੰ ਮਿਲੀਆਂ ਔਰ ਕੋਈ ਭੀੜ ਨਹੀਂ ਸੀ ਕਿਤੇ, ਕੋਈ ਵੀ ਅਜਿਹੀ ਗੱਲ ਨਹੀਂ ਸੀ, ਉਸ ਤੋਂ ਇੱਕ ਬੜਾ ਉਮੀਦ ਬਣਦੀ ਹੈ, ਬੜਾ ਹੌਸਲਾ ਬਣਦਾ ਕਿ ਸਾਡੇ ਲੋਕ ਜਿਹੜੇ ਹੈਗੇ ਆ ਉਹ ਸੁਚੇਤ ਹੋ ਚੁੱਕੇ ਹੈਗੇ ਆ ਜਿਹੜਾ ਕਰੋਨਾ ਵਾਇਰਸ ਦੀ ਅਲਾਮਤ ਹੈਗੀ ਹੈ ਇਸ ਦੇ ਖਤਰੇ ਤੋਂ ਔਰ ਸਾਰੇ ਪ੍ਰੀਕੋਸ਼ਨਸ ਲੈਣ ਨੂੰ ਤਿਆਰ ਹੈਗੇ ਆ। ਸੋ ਇਹ ਇੱਕ ਇੰਨੀ ਵੱਡੀ ਪਾਪੂਲੇਸ਼ਨ ਦਾ ਇਕੱਠੇ ਹੋ ਕੇ ਇੰਨਾ ਅੱਛਾ ਹੁੰਗਾਰਾ ਦੇਣਾ, ਇੰਨਾ ਅੱਛਾ ਰਿਸਪੋਂਸ ਦੇਣਾ ਇੱਕ ਬਹੁਤ ਵਧੀਆ ਸੰਕੇਤ ਹੈ ਔਰ ਜੇ ਇਸ ਤਰ੍ਹਾਂ ਆਪਣੀ ਜ਼ਿੰਮੇਵਾਰੀ ਬਣਾ ਕੇ ਰੱਖੀ ਲੋਕਾਂ ਨੇ ਤਾਂ ਮੈਂ ਸਮਝਦਾ ਕਿ ਅਸੀਂ ਬਹੁਤ ਹੱਦ ਤੱਕ ਇਸ ਤੋਂ ਬਚਾਅ ਰੱਖ ਸਕਾਂਗੇ। ਮੈਂ ਵੀ ਇਹੀ ਬੇਨਤੀ ਕਰਦਾ ਕਿ ਜਿਹੜੀ ਜ਼ਿੰਮੇਵਾਰੀ ਦਾ ਅੱਜ ਮੁਜ਼ਾਹਰਾ ਕੀਤਾ ਗਿਆ ਸਾਰਿਆਂ ਵੱਲੋਂ, ਇਹੀ ਜ਼ਿੰਮੇਵਾਰੀ ਆਉਣ ਵਾਲੇ ਕੁਛ ਦਿਨਾਂ ਦੇ ਵਿੱਚ ਸਾਨੂੰ ਮੇਨਟੇਨ ਕਰਨ ਦੀ ਬਹੁਤ ਜ਼ਿਆਦਾ ਲੋੜ ਹੈ। ਜੇ ਅਸੀਂ ਕਹਿਣ ਨੂੰ ਕਹੀਏ ਬਈ ਜਿਹੜਾ ਜਨਤਾ ਕਰਫਿਊ ਸੀਗਾ ਸਵੇਰੇ 7 ਵਜੇ ਤੋਂ 9 ਵਜੇ ਤੱਕ ਸੀ, ਪਰ ਇਹ ਤਾਂ ਗੱਲ ਹੈ ਨਹੀਂ ਜੀ ਕਿ 9 ਵਜੇ ਤੋਂ ਬਾਅਦ ਉਹਦਾ ਖਤਰਾ ਟਲ ਗਿਆ ਹੈਗਾ ਜਾਂ 9 ਵਜੇ ਤੋਂ ਬਾਅਦ ਕੋਈ ਇਨਫੈਕਸ਼ਨ ਨਹੀਂ ਫੈਲੂਗੀ। ਸੋ ਉਹ 9 ਵਜੇ ਤੋਂ ਬਾਅਦ ਇਹ ਨਾ ਹੋਵੇ ਕਿ ਜੀ ਆਪਾਂ ਬਈ ਹੁਣ ਤਾਂ 9 ਵਜ ਗਏ ਜੀ ਉਹ ਬੰਦ ਹੋ ਗਿਆ, ਚਲੋ ਜੀ ਹੁਣ ਬਾਹਰ ਨਿਕਲ ਆਈਏ ਅਤੇ ਭੀੜ ਭੜੱਕਾ ਕਰੀਏ, ਉਹ ਬਿਲਕੁਲ ਨਹੀਂ ਕਰਨ ਦੀ ਲੋੜ। ਸਾਨੂੰ ਉਸੇ ਤਰ੍ਹਾਂ ਜ਼ਿੰਮੇਵਾਰੀ ਨਾਲ ਆਪਣੇ ਆਪਣੇ ਘਰਾਂ 'ਚ ਰਹਿਣ ਦੀ ਲੋੜ ਹੈ। ਇਹ ਇੱਕ ਇੰਟਰਨੈਸ਼ਨਲ ਸਾਡੇ ਸਾਹਮਣੇ ਮਿਸਾਲ ਹੈਗੀ ਹੈ ਜੀ, ਜਿਹੜੇ ਜਿਹੜੇ ਕੰਟਰੀਜ਼ ਨੇ ਆਪਣੇ ਆਪ ਨੂੰ ਲੋਕਡਾਊਨ ਵੋਲੰਟੈਰੀਲੀ ਕੀਤਾ, ਲੋਕਾਂ ਨੇ ਆਪਣੇ ਘਰਾਂ 'ਚੋਂ ਨਿਕਲੇ ਨਹੀਂ, ਉੱਥੇ ਉਹਨਾਂ ਨੇ ਇਵੈਂਚੁਅਲੀ ਕਾਬੂ ਪਾ ਲਿਆ। ਜਿੱਥੇ ਕਿ ਚਾਈਨਾ ਦੇਖ ਲਈਏ ਜੇ ਆਪਾਂ, ਜਿੱਥੇ ਕਿ ਸਭ ਤੋਂ ਪਹਿਲਾਂ ਸ਼ੁਰੂ ਹੋਇਆ ਸੀ ਔਰ ਜਦ ਨੂੰ ਉੱਥੇ ਉਹਨਾਂ ਨੂੰ ਪਤਾ ਲੱਗਿਆ ਤਾਂ ਹਜ਼ਾਰਾਂ ਲੋਕ ਇਸ ਦੀ ਮਤਲਬ ਚਪੇਟ 'ਚ ਆ ਚੁੱਕੇ ਸੀਗੇ, ਡੈਥਸ ਹੋ ਚੁੱਕੀਆਂ ਸੀਗੀਆਂ, ਲੇਕਿਨ ਜਦੋਂ ਉਹਨਾਂ ਨੇ ਇਸ ਦਾ ਪੂਰੀ ਗ੍ਰੈਵਿਟੀ ਰਿਅਲਾਈਜ਼ ਕੀਤੀ, ਉਸ ਤੋਂ ਬਾਅਦ ਲੋਕ ਆਪਣੇ ਘਰਾਂ 'ਚੋਂ ਮਹੀਨਾ ਮਹੀਨਾ ਨਿਕਲੇ ਹੀ ਨਹੀਂ ਜੀ। ਔਰ ਇਹੀ ਵਜ੍ਹਾ ਹੈਗੀ ਹੈ ਕਿ ਅੱਜ ਜਿਹੜੇ ਉੱਥੇ ਹੁਣ ਕਰੋਨਾ ਵਾਇਰਸ ਦੇ ਸਪੈਸ਼ਲ ਹੋਸਪਿਟਲਸ ਖੁੱਲ੍ਹੇ ਗਏ ਸੀਗੇ ਉਹ ਬੰਦ ਹੋ ਰਹੇ ਹੈ ਕਿਉਂਕਿ ਨਵੇਂ ਕੇਸਿਸ ਉੱਥੇ ਨਹੀਂ ਆ ਰਹੇ ਹੁਣ। ਦੂਜੇ ਪਾਸੇ ਜਿਹੜੇ ਕੰਟਰੀਜ਼ ਨੇ ਇਹ ਵਾਰਨਿੰਗਸ ਨੂੰ ਪਹਿਲਾਂ ਇਨੀਸ਼ਲੀ ਜ਼ਿਆਦਾ ਸੀਰੀਅਸਲੀ ਨਹੀਂ ਲਿਆ, ਉੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ। ਇਟਲੀ ਦੀ ਮਿਸਾਲ ਸਾਡੇ ਸਾਹਮਣੇ ਹੈ, ਇਟਲੀ ਛੋਟਾ ਜਿਹਾ ਦੇਸ਼ ਹੈ ਜੀ, ਲੇਕਿਨ ਚਾਈਨਾ ਤੋਂ ਵੱਧ ਉੱਥੇ ਇਹ ਕਰੋਨਾ ਦੀਆਂ ਮੌਤਾਂ ਹੋ ਚੁੱਕੀਆਂ। ਸੋ ਸਾਨੂੰ ਇਸ ਚੀਜ਼ ਤੋਂ ਸਬਕ ਲੈਣ ਦੀ ਲੋੜ ਹੈ ਜੀ ਔਰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਆਉਣ ਵਾਲੇ ਦਿਨਾਂ ਦੇ ਵਿੱਚ, ਇਹ ਹੁਣ ਗਵਰਨਮੈਂਟ ਵੱਲੋਂ 31 ਤਰੀਕ ਤੱਕ ਔਰਡਰ ਵੀ ਅੱਜ ਜਾਰੀ ਹੋ ਰਹੇ ਹੈਗੇ ਆ ਜੀ, ਸ਼ਾਮ ਤੱਕ ਲੇਟ ਈਵਨਿੰਗ ਜਾਰੀ ਹੋ ਜਾਣਗੇ। ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਇਹ 31 ਤਰੀਕ ਤੱਕ ਇਹਨੂੰ ਆਪਾਂ ਐਕਸਟੈਂਡ ਕਰੀਏ, ਇਸੇ ਤਰ੍ਹਾਂ ਆਪਣੇ ਆਪਣੇ ਘਰਾਂ 'ਚ ਰਹੀਏ, ਬਾਹਰ ਬਿਲਕੁਲ ਨਾ ਨਿਕਲੀਏ। ਜੇ ਕੋਈ ਬਿਲਕੁਲ ਬਹੁਤ ਜ਼ਰੂਰੀ ਹੈ, ਬਹੁਤ ਐਮਰਜੈਂਸੀ ਵਾਲੀ ਗੱਲ ਹੈ ਤਾਂ ਵੀ ਪਰਿਵਾਰ ਦਾ ਇੱਕ ਸਦੱਸਿਆ ਜਾਵੇ, ਜੇ ਕੋਈ ਜ਼ਰੂਰੀਅਤ ਦੀ ਚੀਜ਼ ਹੈ ਲੈਣੀ ਹੈਗੀ ਹੈ ਤਾਂ ਜਾ ਕੇ ਲੈ ਕੇ ਸਿੱਧੇ ਆਪਣੇ ਘਰਾਂ ਦੇ ਵਿੱਚ ਆ ਕੇ ਵਾਪਸ ਬੈਠਣ ਜੀ। ਦੇਖੋ ਜੀ, ਮੈਂ ਸਾਰਿਆਂ ਨੂੰ ਹੀ ਬੇਨਤੀ ਕਰਦਾ ਕਿ ਇਹ ਉਹ ਸਮਾਂ ਨਹੀਂ ਹੈ ਜਦੋਂ ਕਿ ਆਪਾਂ ਇੱਦਾਂ ਦੀ ਕੋਈ ਸ਼ਰਾਰਤੀ ਗੱਲ ਕਰੀਏ, ਇੱਦਾਂ ਦੀ ਗੈਰ ਜ਼ਿੰਮੇਵਾਰਾਨਾ ਗੱਲ ਕਰੀਏ। ਇਹ ਇੱਕ ਸਾਡੇ ਇਲਾਕੇ 'ਤੇ, ਸਾਡੇ ਦੇਸ਼ 'ਤੇ, ਪੂਰੀ ਮਨੁੱਖਤਾ ਦੇ ਉੱਤੇ ਇੱਕ ਖਤਰਾ ਹੈਗਾ। ਇਸ ਵੇਲੇ ਸਾਨੂੰ ਆਪਣੀ ਛੋਟੀ ਛੋਟੀ ਇਹੋ ਜਿਹੀਆਂ ਗੱਲਾਂ ਤੋਂ ਉੱਪਰ ਉੱਠ ਕੇ ਟੋਟਲ ਸਮਾਜ ਦਾ, ਟੋਟਲ ਮਨੁੱਖਤਾ ਦਾ, ਟੋਟਲ ਹਿਊਮੈਨਿਟੀ ਦਾ ਧਿਆਨ ਰੱਖਣ ਦੀ ਲੋੜ ਹੈ। ਔਰ ਕੋਈ ਗੈਰ ਜ਼ਿੰਮੇਵਾਰਾਨਾ ਜਿਹੜੀ ਗੱਲ ਹੈ ਕਰਨੀ ਉਹ ਬਿਲਕੁਲ ਹੀ ਗਲਤ ਹੈ। ਔਰ ਇਹ ਜਿਹੜੀ ਇੱਦਾਂ ਦੀ ਗੱਲ ਹੈਗੀ ਉਹ ਸਾਡੇ ਜਿਹੜਾ ਕਰਦਾ ਉਹਦੇ ਆਪ ਦੇ ਉੱਤੇ, ਆਪਣੇ ਪਰਿਵਾਰ 'ਤੇ ਉਹਦੀ ਇਹਦਾ ਨੈਗੇਟਿਵ ਅਸਰ ਬਹੁਤ
ਬੁਰਾ ਹੋ ਸਕਦਾ ਹੈਗਾ। ਸੋ ਇਹ ਪਲੀਜ਼ ਇਸ ਗੱਲ ਤੋਂ ਗੁਰੇਜ਼ ਕੀਤਾ ਜਾਵੇ। ਔਰ ਬਾਕੀ ਕਾਨੂੰਨ ਤੌਰ ਦੇ ਉੱਤੇ ਵੀ ਮੈਂ ਇਹੀ ਬੇਨਤੀ ਕਰਦਾ ਕਿ ਜੇ ਕੋਈ ਇੱਦਾਂ ਦੀ ਗੈਰ ਜ਼ਿੰਮੇਵਾਰਾਨਾ ਗੱਲ ਕਰਦਾ ਹੈਗਾ ਤਾਂ ਉਹਨਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਵੀ ਹੋਏਗੀ ਜੀ।